ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਅੱਜ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਗੱਲਬਾਤ ਸਾਂਝੀ ਕਰਨੀ ਹੈ। ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਇਸ ਗੱਲ ਤੋਂ ਅਣਜਾਣ ਪੁਣੇ ਦੇ ਵਿੱਚ 15 ਅਗਸਤ 1947 ਆਜ਼ਾਦੀ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਆ, ਅਤੇ ਖਾਸ ਕਰਕੇ ਸਿੱਖਾਂ ਦੇ ਘਰਾਂ ਦੇ ਵਿੱਚ, ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬੀਆਂ ਦੇ ਪਰਿਵਾਰਾਂ ਦੇ ਵਿੱਚ ਪੈਦਾ ਹੋਈ ਸਾਡੀ ਆਉਣ ਵਾਲੀ ਪੀੜ੍ਹੀ, ਜਿਹੜੀ ਤਿਰੰਗੇ ਝੰਡੇ ਹੱਥਾਂ ਵਿੱਚ ਲੈ ਕੇ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾਉਂਦੀ ਨਹੀਂ ਥੱਕਦੀ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਅਤੇ ਇਸ ਗੱਲ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। 1947 ਦਾ ਉਹ ਸਾਲ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ, ਅਤੇ ਜਿਸ ਨੂੰ ਅੱਜ ਅਖੌਤੀ ਭਾਰਤ ਮਾਤਾ ਦੇ ਸਪੂਤ ਭਾਰਤ ਦੀ ਆਜ਼ਾਦੀ ਦੇ ਨਾਅਰਿਆਂ ਦੇ ਨਾਲ ਮਨਾ ਰਹੇ ਹੈ, ਉਸ ਆਜ਼ਾਦੀ ਦੇ ਵਿੱਚ ਸਾਡਾ ਕਿੰਨਾ ਕੁ ਯੋਗਦਾਨ ਰਿਹਾ, ਪੰਜਾਬ ਦੀ ਕੀ ਭੂਮਿਕਾ ਰਹੀ, ਇਹਦੇ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪੂਰੇ ਪੰਜਾਬ ਦੇ ਰਾਜ ਭਾਗ ਦੇ ਮਾਲਕ ਅਸੀਂ ਸੀ। ਅੰਗਰੇਜ਼ ਸਰਕਾਰ ਦੇ ਭਾਰਤ ਦੇ ਦਾਖਲੇ ਤੋਂ ਪਹਿਲਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕਰਕੇ ਮੁਗਲਾਂ ਨੇ ਭਾਰਤ ਵਰਸ਼ ਨੂੰ ਲੁੱਟਿਆ ਪੱਟਿਆ, ਇਹਨਾਂ ਦੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਗਏ, ਇਹਨਾਂ ਦੇ ਮੰਦਰਾਂ ਦੇ ਦਰਵਾਜ਼ੇ ਲਾਹ ਕੇ ਲੈ ਗਏ, ਮੰਦਰਾਂ ਨੂੰ ਤੋੜ ਕੇ ਮਸਜਿਦਾਂ ਬਣਾ ਦਿੱਤੀਆਂ ਗਈਆਂ, ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਖਾਲਸਾ ਰਾਜ ਪਹਿਲਾਂ ਕਾਇਮ ਕੀਤਾ, ਅਤੇ ਉਹਨਾਂ ਦੇ ਜਾਣ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਕਾਇਮ ਕਰਕੇ ਆਪਣੇ ਰਾਜ ਦੇ ਵਿੱਚ ਹਰ ਇੱਕ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ, ਅਤੇ ਇਹੀ ਭਾਰਤ ਮਾਤਾ ਦੇ ਅਖੌਤੀ ਲੰਬੜਦਾਰ ਜਿਹੜੇ ਅੱਜ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾਉਂਦੇ ਨਹੀਂ ਥੱਕਦੇ, ਅੰਗਰੇਜ਼ਾਂ ਦੇ ਨਾਲ ਮਿਲ ਕੇ, ਅੰਗਰੇਜ਼ਾਂ ਦੇ ਪਿੱਠੂ ਬਣ ਕੇ ਆਪਣੇ ਹੀ ਦੇਸ਼ ਵਾਸੀਆਂ ਦੇ ਉੱਪਰ ਗੁਲਾਮੀ ਦਾ ਜਾਲ ਪੁਆਇਆ, ਅੰਗਰੇਜ਼ ਨੂੰ 200 ਸਾਲ ਤੱਕ ਭਾਰਤ ਦੇ ਉੱਪਰ ਕਾਬਜ਼ ਬਣਾਈ ਰੱਖਿਆ, ਜਿਹਦੇ ਇਵਜ ਦੇ ਵਿੱਚ ਅੱਜ ਦੇ ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਲੈਂਡਲੋਰਡ ਜਿਹੜੇ ਕਹਿੰਦੇ ਵੀ ਸਾਡੇ ਪੁਸ਼ਤਾਂ ਦੀਆਂ ਬਣਾਈਆਂ ਹੋਈਆਂ ਜ਼ਮੀਨ ਜਾਇਦਾਦਾਂ ਬਹੁਤੀਆਂ ਨੇ, ਉਹਨਾਂ ਦਾ ਕਿਰਦਾਰ ਇਹ ਸੀ ਵੀ ਅੰਗਰੇਜ਼ਾਂ ਦੀ ਚਾਪਲੂਸੀ ਕਰਕੇ, ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟ ਕੇ ਆਪਣੇ ਘਰ ਪਰਿਵਾਰ ਦੀਆਂ ਦੌਲਤਾਂ ਬਣਾਈਆਂ ਅਤੇ ਲੋਕਾਂ 'ਤੇ ਜ਼ੁਲਮ ਕੀਤਾ। ਖਾਲਸਾ ਰਾਜ ਜਾਣ ਤੋਂ ਬਾਅਦ ਅੰਗਰੇਜ਼ ਸਰਕਾਰ ਭਾਰਤ ਦੇ ਉੱਪਰ ਕਬਜ਼ਾ ਕਰਦੀ ਹੈ, ਪਰ ਪੰਜਾਬ ਉਹਨਾਂ ਦੇ ਅਧੀਨ ਨਹੀਂ ਆਉਂਦਾ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਜਿਉਂਦੇ ਰਹੇ, ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਧੋਖੇ ਨਾਲ ਜ਼ਹਿਰ ਦੇਣ ਤੋਂ ਬਾਅਦ ਉਹਦੇ ਪੁੱਤਰਾਂ ਦਾ ਕਤਲ ਕੀਤਾ ਗਿਆ, ਮਹਾਰਾਜਾ ਦਲੀਪ ਸਿੰਘ ਨੂੰ ਧੋਖੇ ਦੇ ਨਾਲ ਭਾਰਤ ਤੋਂ ਬਾਹਰ ਕੱਢ ਦਿੱਤਾ ਗਿਆ, ਅਤੇ 1947 ਤੱਕ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਖਾਲਸੇ, ਉਹ ਗੁਰੂ ਕੇ ਸਿੱਖ ਪੰਜਾਬ ਦੇ ਸਪੂਤ, ਭਾਵੇਂ ਉਹ ਸਿੱਖ ਸੀ, ਭਾਵੇਂ ਉਹ ਹਿੰਦੂ ਸੀ, ਅਤੇ ਭਾਵੇਂ ਉਹ ਮੁਸਲਮਾਨ ਸੀ, ਇਹਨਾਂ ਲੀਡਰਾਂ ਦੀਆਂ ਔਲਾਦਾਂ ਨਹੀਂ ਸਨ, ਆਮ ਪਰਿਵਾਰਾਂ ਦੇ ਵਿੱਚੋਂ, ਆਮ ਘਰਾਂ ਦੇ ਵਿੱਚੋਂ, ਗਰੀਬ ਤਬਕੇ ਦੇ ਵਿੱਚੋਂ ਉੱਠੇ ਹੋਏ ਉਹ ਲੋਕ ਜਿਨ੍ਹਾਂ 'ਤੇ ਜ਼ਬਰ ਅਤੇ ਜ਼ੁਲਮ ਕੀਤਾ ਜਾਂਦਾ ਸੀ, ਇੱਕ ਡੰਗ ਦੀ ਰੋਟੀ ਖਾਣ ਨੂੰ ਨਹੀਂ ਸੀ ਦਿੱਤੀ ਜਾਂਦੀ, ਤਨ 'ਤੇ ਪਾਉਣ ਲਈ ਕੱਪੜਾ ਨਹੀਂ ਸੀ, ਅਤੇ ਜਿਨ੍ਹਾਂ ਨੂੰ ਅੱਜ ਦੀ ਭਾਰਤ ਮਾਤਾ ਦੇ ਲੰਬੜਦਾਰ ਅਤੇ ਠੇਕੇਦਾਰ ਛੋਟੀਆਂ ਜਾਤਾਂ ਕਹਿ ਕੇ ਆਪਣੀਆਂ ਨਾਲੀਆਂ ਸਾਫ਼ ਕਰਨ 'ਤੇ ਲਾ ਕੇ ਰੱਖਦੇ ਸੀ, ਅਤੇ ਜਦੋਂ ਕਿਸੇ ਅੰਗਰੇਜ਼ ਅਫਸਰ ਨੇ ਜਾਂ ਅੰਗਰੇਜ਼ ਦੇ ਕਿਸੇ ਭਾਰਤੀ ਪਿੱਠੂ ਨੇ ਲੰਘਣਾ ਸੀ, ਅਤੇ ਇਹਨਾਂ ਨੂੰ ਸੜਕਾਂ ਦੇ ਉੱਪਰ ਛਾਪੇ ਲੈ ਕਰਕੇ, ਦਰਖਤਾਂ ਦੀਆਂ ਟਾਹਣੀਆਂ ਲੈ ਕੇ ਸੜਕਾਂ ਸੁੰਭਰਨ ਲਾਇਆ ਜਾਂਦਾ ਸੀ, ਉਹਨਾਂ ਲੋਕਾਂ ਦੇ ਉੱਪਰ ਗੁਲਾਮੀ ਦਾ ਜੰਜਾਲ ਪਾਉਣ ਵਾਲੇ ਅੱਜ ਦੇ ਭਾਰਤ ਮਾਤਾ ਦੇ ਠੇਕੇਦਾਰ ਜਿਹੜੇ ਨੇ ਇਹੋ ਕੁਝ ਕਰਦੇ ਰਹੇ। ਅਤੇ ਇਹਨਾਂ ਨੇ ਭਰਾਓ, ਪੰਜਾਬ ਦੀ ਵੰਡ ਜਿਹੜੀ ਕਿ ਭਾਰਤ ਦੀ ਵੰਡ ਨਹੀਂ ਹੈ, 1947 ਦੇ ਵਿੱਚ ਅੰਗਰੇਜ਼ ਨੇ ਜਦੋਂ ਭਾਰਤ ਨੂੰ ਛੱਡਣ ਦੀ ਗੱਲ ਕੀਤੀ ਹੈ,
ਤੇ ਅੱਜ ਜਿਹੜੇ ਕਹਿੰਦੇ ਨੇ ਕਿ ਸਾਡੀ ਸੰਸਕ੍ਰਿਤੀ ਹੈ, ਸਾਡਾ ਦੇਸ਼ ਹੈ, ਸਾਡੀ ਭਾਰਤ ਮਾਤਾ ਹੈ, ਇਹਨਾਂ ਭਾਰਤ ਮਾਤਾ ਦੇ ਸਪੂਤਾਂ ਨੇ ਅੰਗਰੇਜ਼ ਨਾਲ ਰਲ ਕੇ, ਜਿਹਨੂੰ ਰੈੱਡ ਕਲਿਫ ਲਾਈਨ ਕਿਹਾ ਜਾਂਦਾ, ਜਿਹੜਾ ਬਾਰਡਰ ਹੈ ਭਾਰਤ ਤੇ ਪਾਕਿਸਤਾਨ ਦਾ, ਨਕਸ਼ਾ ਟੇਬਲ ਤੇ ਰੱਖ ਕੇ ਤੇ ਪੰਜਾਬ ਦੇ ਵਿੱਚ ਦੀ ਲਕੀਰ ਖਿੱਚੀ ਗਈ ਹੈ। ਪੂਰੇ ਭਾਰਤ ਦੇ ਵਿੱਚ ਹੋਰ ਕਿਸ ਜਗ੍ਹਾ ਦਾ ਬਟਵਾਰਾ ਹੋਇਆ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਚੁੱਕ ਕੇ ਦੇਖੀਏ ਤੇ ਜੰਮੂ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਤੇ ਉਧਰ ਤਿੱਬਤ ਤੱਕ ਜੋ ਖਾਲਸਾ ਰਾਜ ਦੇ ਬਾਰਡਰ ਲੱਗਦੇ ਸੀ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੰਜਾਬ ਸੀ, ਜਿਸ ਪੰਜਾਬ ਦੀ ਤਸਵੀਰ ਅੱਜ ਵੀ ਅੰਗਰੇਜ਼ਾਂ ਦੀਆਂ ਲਾਇਬ੍ਰੇਰੀਆਂ ਤੱਕ ਪਈ ਬੋਲਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਗਈ, ਕਦੇ ਕਿਸੇ ਦੇ ਨਾਲ ਕੋਈ ਜ਼ਬਰਦਸਤੀ ਧੱਕਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਜੇਕਰ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਵੀ ਛੱਡ ਦਿੱਤਾ ਜਾਂਦਾ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਕੁੱਤੇ ਦੇ ਗਲ 'ਚੋਂ ਵੀ ਸੋਨੇ ਦਾ ਕੈਂਠਾ ਲਾਹ ਲੈਂਦਾ। ਐਸਾ ਰਾਜ ਜਿਸ ਰਾਜ ਨੂੰ ਸਿੱਖਾਂ ਨੇ ਕਾਇਮ ਕੀਤਾ, ਸਿੱਖਾਂ ਨੇ ਚਲਾਇਆ ਤੇ ਸਿੱਖਾਂ ਦੇ ਰਾਜ ਦੇ ਵਿੱਚ ਮੁਸਲਮਾਨ ਭਰਾ, ਹਿੰਦੂ ਭਰਾ, ਈਸਾਈ ਭਰਾ, ਸਾਡੀਆਂ ਭੈਣਾਂ, ਸਾਡੀਆਂ ਬਹੂ ਬੇਟੀਆਂ, ਸਾਡੀਆਂ ਮਾਵਾਂ ਬੇਖੌਫ ਹੋ ਕਰਕੇ ਆਪਣਾ ਜੀਵਨ ਬਤੀਤ ਕਰਦੀਆਂ ਰਹੀਆਂ ਤੇ ਲੋੜ ਪੈਣ ਤੇ ਬੁੱਢੀਆਂ ਮਾਵਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਵਾਜ਼ ਮਾਰੀ ਤੇ ਉਹਨਾਂ ਦੇ ਘਰ ਤੱਕ ਜਾ ਕੇ ਦਾਣੇ ਫੱਕੇ ਦੀਆਂ ਪੰਡਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਰ ਤੇ ਢੋ ਕੇ ਆਇਆ। ਉਸ ਰਾਜ ਨੂੰ ਖਤਮ ਕਰਕੇ ਅੰਗਰੇਜ਼ ਨੂੰ ਕਾਬਜ਼ ਕਰਾਉਣਾ ਤੇ ਮੁੜ ਕੇ ਅੰਗਰੇਜ਼ ਦੇ ਚਾਪਲੂਸ ਬਣ ਕੇ ਇਸ ਧਰਤੀ ਦੇ ਦੋ ਟੋਟੇ ਕਰਾਉਣ ਵਾਲੇ ਅੱਜ ਦੇ ਅਖੌਤੀ ਹਿੰਦੁਸਤਾਨੀ ਤੇ ਭਾਰਤ ਮਾਤਾ ਦੇ ਸਬੂਤ ਨੇ, ਜਿਨ੍ਹਾਂ ਨੇ ਵਾਅਦਾ ਕੀਤਾ ਕਿ ਸਿੱਖਾਂ ਨੂੰ ਇਹਨਾਂ ਦਾ ਬਣਦਾ ਅਧਿਕਾਰ ਦਿੱਤਾ ਜਾਵੇਗਾ। ਉਸ ਵਕਤ ਸਿੱਖਾਂ ਦੇ ਹੀ ਕੁਝ ਆਗੂ ਜਿਹੜੇ ਇਹਨਾਂ ਦੇ ਇਸ ਸ਼ਿਕੰਜੇ ਵਿੱਚ ਫਸ ਗਏ ਤੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵਰਗਿਆਂ ਦੇ ਝੂਠੀਆਂ ਗੱਲਾਂ ਦੇ ਵਿੱਚ ਆ ਕਰਕੇ ਇਹਨਾਂ ਦੇ ਨਾਲ ਰਹਿਣਾ ਮਹਿਸੂਸ ਕਰ ਲਿਆ ਕਿ ਸਾਨੂੰ ਆਪਸ ਵਿੱਚ ਭਰਾਵਾਂ ਭਰਾਵਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਤੇ ਜਿਸ ਦਿਨ ਭਾਈ ਇਹ ਲਕੀਰ ਖਿੱਚੀ ਗਈ, ਉਸ ਦਿਨ ਇਹ ਲਕੀਰ ਪੰਜਾਬ ਦੀ ਹਿੱਕ ਤੇ ਕੱਢੀ ਗਈ ਤੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਹਿੱਸਾ ਪੰਜਾਬ ਦਾ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਜਿਹਨੂੰ ਅੱਜ ਭਾਰਤ ਤੇ ਪਾਕਿਸਤਾਨ ਕਿਹਾ ਜਾਂਦਾ। ਆਬਾਦੀ ਦਾ ਤਬਾਦਲਾ ਹੋਇਆ ਤੇ ਪੰਜਾਬ ਦੇ ਲੋਕਾਂ ਦਾ ਹੋਇਆ, ਜਿਹਦੇ ਵਿੱਚ ਕਤਲ ਹੋਏ ਨੇ ਸਿੱਖਾਂ ਦੇ, ਮੁਸਲਮਾਨਾਂ ਦੇ, ਹਿੰਦੂ ਭਰਾਵਾਂ ਦੇ, ਈਸਾਈਆਂ ਦੇ। ਬਹੂ ਬੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਬੀਬੀਆਂ ਨੂੰ ਨੰਗੀਆਂ ਕਰਕੇ ਟ੍ਰੇਨਾਂ ਵਿੱਚ ਸੁੱਟਿਆ ਗਿਆ, ਮਾਰ ਦਿੱਤਾ ਗਿਆ, ਰੇਪ ਕਰਕੇ, ਬਲਾਤਕਾਰ ਕਰਕੇ ਕਤਲ ਕਰ ਦਿੱਤੇ ਗਏ। ਜ਼ਮੀਨਾਂ ਜਾਇਦਾਦਾਂ ਦੇ ਮਾਲਕ ਲੋਕ ਜਿਹੜੇ ਆਪਣੇ ਘਰ ਪਰਿਵਾਰ ਵਿੱਚ ਸੁਖੀ ਵੱਸਦੇ ਸੀ ਤੇ ਦੋਨਾਂ ਮੁਲਕਾਂ ਦੇ ਵਿੱਚ ਸ਼ਰਨਾਰਥੀ ਬਣ ਕੇ ਰਹਿ ਗਏ, ਜਿਨ੍ਹਾਂ ਨੂੰ ਪਾਰੋਂ ਆਏ ਹੋਏ ਲੋਕ ਅਸੀਂ ਕਹਿ ਦਿੰਦੇ ਹਾਂ। ਤੇ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਵਾਲੇ ਲੋਕ ਜਿਨ੍ਹਾਂ ਨੇ ਇੱਧਰੋਂ ਗਏ ਹੋਏ ਲੋਕਾਂ ਨੂੰ ਜਿਹੜਾ ਚੰਗਾ ਨਾ ਸਮਝਿਆ। ਇਸੇ ਹੀ ਨਹਿਰੂ ਅਤੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਕਹਿਣ ਤੇ ਭਾਰਤ ਦੇ ਦੋ ਟੋਟੇ ਹੋਣ ਤੋਂ ਬਾਅਦ ਸਿੱਖਾਂ ਦੇ ਨਾਲ ਕੀਤੀ ਗਈ ਵਧੇਕੀ ਤੇ 1947 ਤੋਂ ਬਾਅਦ ਜਦੋਂ ਪੰਜਾਬ ਦੇ ਲੋਕਾਂ ਨੇ ਆਪਣਾ ਹੱਕ ਮੰਗਣਾ ਚਾਹਿਆ ਕਿ ਭਾਈ ਪੰਜਾਬ ਦੀ ਵੰਡ ਹੋਈ ਹੈ, ਪੰਜਾਬ ਦੇ ਲੋਕਾਂ ਦੇ ਕਤਲ ਹੋਏ ਨੇ, ਪੰਜਾਬ ਦੀਆਂ ਬੇਟੀਆਂ ਦੀ ਇੱਜ਼ਤ ਲੁੱਟੀ ਗਈ ਹੈ, ਪੰਜਾਬ ਦੀਆਂ ਬਿਰਧ ਮਾਵਾਂ ਨੂੰ ਨਹੀਂ ਬਖਸ਼ਿਆ ਗਿਆ, ਉਹਨਾਂ ਦੀਆਂ ਬੇਪਤੀਆਂ ਕੀਤੀਆਂ ਗਈਆਂ, ਘਰ ਸਾਡੇ ਤਬਾਹ ਹੋਏ, ਜ਼ਮੀਨਾਂ ਸਾਡੀਆਂ ਜਾਂਦੀਆਂ ਰਹੀਆਂ, ਔਲਾਦਾਂ ਦੀਆਂ ਸਾਡੀਆਂ ਦੀਆਂ ਬੇਇੱਜ਼ਤੀਆਂ ਕਰ ਦਿੱਤੀਆਂ ਗਈਆਂ ਤੇ ਆਪਣੇ ਹੀ ਮੁਲਕ ਦੇ ਵਿੱਚ ਅਸੀਂ ਸ਼ਰਨਾਰਥੀ ਬਣ ਕੇ ਰਹਿ ਗਏ ਹਾਂ ਤੇ ਸਾਡਾ ਬਣਦਾ ਹਿੱਸਾ ਕੌਣ ਦੇਵੇਗਾ। ਤੇ ਉਸ ਵਕਤ ਭਾਰਤ ਦੇ ਵੱਖੋ ਵੱਖਰੇ ਹਿੱਸੇ, ਭਾਵੇਂ ਉਹ ਰਾਜਸਥਾਨ ਹੋਵੇ, ਚਾਹੇ ਉਹ ਗੁਜਰਾਤ ਹੋਵੇ ਤੇ ਦਿੱਲੀ ਤੋਂ ਬਾਹਰ ਦਾ ਇਲਾਕਾ ਹੋਵੇ, ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹੀ ਸੀ ਕਿ ਇਹ ਲੋਕ ਜਿਹੜੇ ਦੂਜੇ ਪਾਸੇ ਤੋਂ ਉੱਠ ਕੇ ਆਏ ਆ, ਇਹਨਾਂ ਨੂੰ ਦਿੱਲੀ ਨਾ ਵੜਨ ਦਿੱਤਾ ਜਾਵੇ, ਦਿੱਲੀ ਤੋਂ ਬਾਹਰ ਰੱਖਿਆ ਜਾਵੇ।
ਐਸੀਆਂ ਜ਼ਮੀਨਾਂ ਐਸੇ ਅਸਥਾਨ ਦਿੱਤੇ ਗਏ ਜਿੱਥੇ ਜੰਗਲ ਵੇਲੇ ਸੀ ਤੇ ਖਾਣ ਨੂੰ ਰੋਟੀ ਦਾ ਪ੍ਰਬੰਧ ਨਹੀਂ ਸੀ। ਪੰਜਾਬ ਦੇ ਉਹ ਸੂਰਬੀਰ ਲੋਕ, ਮੈਂ ਬਾਰ ਬਾਰ ਇਹ ਗੱਲ ਨੂੰ ਦੁਹਰਾ ਰਿਹਾ, ਜਿਨ੍ਹਾਂ ਦੇ ਵਿੱਚ ਸਿੱਖ ਵੀ ਨੇ, ਮੁਸਲਮਾਨ ਵੀ ਨੇ, ਮੇਰੇ ਹਿੰਦੂ ਭਰਾ ਵੀ ਨੇ, ਆਪੋ ਆਪਣੇ ਘਰ ਬਾਰ ਲੁਟਾ ਕੇ, ਆਪਣੀਆਂ ਜ਼ਮੀਨਾਂ ਗਵਾ ਕੇ, ਆਪਣੀਆਂ ਮਾਵਾਂ ਤੇ ਭੈਣਾਂ ਦੀਆਂ ਇੱਜ਼ਤਾਂ ਦੀਆਂ ਬੇਪਤੀਆਂ ਕਰਵਾ ਕੇ ਆਪਣੇ ਮੁਲਕ ਦੇ ਵਿੱਚ ਆਏ ਤੇ ਇਸ ਮੁਲਕ ਦੇ ਵਿੱਚ ਜਿਸ ਨੂੰ ਅੱਜ 15 ਅਗਸਤ 1947 ਆਜ਼ਾਦੀ ਦਾ ਦਿਹਾੜਾ ਕਹਿ ਕੇ ਮਨਾ ਰਹੇ ਹਾਂ, ਇਸੇ ਮੁਲਕ ਦੇ ਵਿੱਚ ਤੁਹਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ, ਜ਼ਮੀਨਾਂ ਆਬਾਦ ਕੀਤੀਆਂ, ਘਰ ਪਰਿਵਾਰ ਬਣਾਏ, ਇੰਨੇ ਜ਼ਖਮ ਸਹਿਣ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਭਾਰਤ ਦੀ ਉਹ ਸਰਕਾਰ ਜਿਨ੍ਹਾਂ ਲੋਕਾਂ ਨੇ 1947 ਦੇ ਵਿੱਚ ਆ ਕੇ ਗੁਜਰਾਤ ਦੇ ਵਿੱਚ ਜ਼ਮੀਨਾਂ ਆਬਾਦ ਕੀਤੀਆਂ, ਉਹਨਾਂ ਤੋਂ ਉਹਨਾਂ ਦਾ ਹੱਕ ਖੋਹ ਲਿਆ ਗਿਆ ਕਿ ਤੁਸੀਂ ਇਹਨਾਂ ਦੇ ਮਾਲਕ ਨਹੀਂ। ਜਿੱਥੇ ਜੰਗਲ ਵੇਲੇ ਤੇ ਰੋਡ ਸੀ ਜਦੋਂ ਵਾਹੁਣੇ ਸੀ ਤੇ ਬੀਜਣੇ, ਜ਼ਮੀਨ ਤਿਆਰ ਕਰਨੀ ਸੀ, ਉਦੋਂ ਪੰਜਾਬ ਦੇ ਲੋਕਾਂ ਦੀ ਯਾਦ ਆਈ ਤੇ ਅੱਜ ਉਹਨਾਂ ਪੰਜਾਬ ਦੇ ਲੋਕਾਂ ਤੋਂ ਉਹ ਹੱਕ ਖੋਹ ਲਿਆ ਗਿਆ। ਇਸੇ ਹੀ ਤਰ੍ਹਾਂ ਬਾਕੀ ਸੂਬਿਆਂ ਦੇ ਅੰਦਰ ਵੀ ਬਾਹਰੋਂ ਆਏ ਹੋਏ ਲੋਕਾਂ ਨੂੰ ਜਿਹੜਾ ਹੈ ਸ਼ਰਨਾਰਥੀ ਕਹਿ ਕੇ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ। ਅੱਜ ਵੀ ਪੰਜਾਬ ਦੇ ਲੋਕ ਭਾਰਤ ਦੇ ਬਾਕੀ ਹਿੱਸਿਆਂ ਦੇ ਲੋਕਾਂ ਨਾਲੋਂ ਦੂਜੇ ਸ਼ਹਿਰ ਦਰਜੇ ਦੇ ਸ਼ਹਿਰੀ ਬਣ ਕੇ ਬੈਠੇ ਹੋਏ ਨੇ ਤੇ ਕੱਲ੍ਹ ਤੋਂ ਹੀ ਜਿਹੜੇ ਮੇਰੇ ਸਰਦਾਰ ਵੀਰ, ਖਾਸ ਕਰਕੇ ਪੰਜਾਬ ਦੇ ਰਹਿਣ ਵਾਲੇ, ਭਾਵੇਂ ਉਹ ਹਿੰਦੂ ਨੇ, ਭਾਵੇਂ ਉਹ ਮੁਸਲਮਾਨ ਨੇ ਤੇ ਭਾਵੇਂ ਉਹ ਸਿੱਖ ਨੇ, ਹੱਥ ਦੇ ਵਿੱਚ ਤਿਰੰਗਾ ਫੜ ਕੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾ ਰਹੇ ਹਨ ਤੇ ਕੀ ਉਹ ਮੇਰੇ ਵੀਰ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇਸ ਸੋਤੇਲੀ ਭਾਰਤ ਮਾਤਾ ਨੇ ਕਦੇ ਮਾਂ ਵਾਲਾ ਪਿਆਰ ਤੁਹਾਨੂੰ ਦਿੱਤਾ? ਪੰਜਾਬ ਦੀ ਧਰਤੀ ਤੇ ਵਰਤੀਆਂ ਜਾਣ ਵਾਲੀਆਂ ਫਸਲਾਂ ਦੀਆਂ ਦਵਾਈਆਂ, ਖਾਦ ਤੇ ਬੀਜ ਜਿਹੜੇ ਭਾਰਤ ਦੇ ਦੂਜੇ ਸੂਬਿਆਂ ਵਿੱਚ ਬੈਨ ਕੀਤੇ ਹੋਏ ਨੇ, ਜਿਨ੍ਹਾਂ ਨੂੰ ਜ਼ਹਿਰ ਮੰਨਿਆ ਜਾਂਦਾ ਵੀ ਇਹਨਾਂ ਦੇ ਦੁਆਰਾ ਸਿਹਤ ਦਾ ਨੁਕਸਾਨ ਹੁੰਦਾ, ਉਹ ਫਿਰ ਭਾਰਤ ਦੇ ਵਿੱਚ ਜਦੋਂ ਬੈਨ ਨੇ ਤੇ ਪੰਜਾਬ ਦੇ ਵਿੱਚ ਉਸ ਪੈਸਟੀਸਾਈਡ ਨੂੰ ਕਿੱਦਾਂ ਮਨਜ਼ੂਰੀ ਦਿੱਤੀ ਜਾਂਦੀ ਹੈ? ਜਿਹੜੀਆਂ ਖਾਦਾਂ, ਜਿਹੜੀਆਂ ਦਵਾਈਆਂ ਦੂਜੇ ਸੂਬਿਆਂ ਦੇ ਵਿੱਚ ਬੈਨ ਕੀਤੀਆਂ ਹੋਈਆਂ ਨੇ, ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਸਤੇ ਉਹਨਾਂ ਦੀ ਇਜਾਜ਼ਤ ਕਿਉਂ ਦਿੱਤੀ ਜਾਂਦੀ ਹੈ? ਪੰਜਾਬ ਦੇ ਪਾਣੀ ਹੀ ਕਿਉਂ ਜ਼ਹਿਰੀ ਹੋ ਰਹੇ ਨੇ? ਪੰਜਾਬ ਦੇ ਅੰਦਰ ਹੀ ਲੋਕਾਂ ਦੀ ਸਿਹਤ ਦੇ ਉੱਪਰ ਕੈਂਸਰ ਦਾ ਪ੍ਰਭਾਵ ਕਿਉਂ ਵੱਧ ਰਿਹਾ ਹੈ? ਪੰਜਾਬ ਦੇ ਅੰਦਰ ਹੀ ਸ਼ਰਾਬ ਦੀਆਂ ਫੈਕਟਰੀਆਂ ਕਿਉਂ ਲਗਾਈਆਂ ਜਾ ਰਹੀਆਂ ਹਨ? ਪੰਜਾਬ ਦੇ ਵਿੱਚੋਂ ਹੀ ਬਾਕੀ ਅਦਾਰੇ, ਭਾਵੇਂ ਉਹ ਲੋਹੇ ਦਾ ਕੰਮ ਹੋਵੇ, ਉਹ ਹੌਜਰੀ ਦੇ ਸਮਾਨ ਦਾ ਕੰਮ ਹੋਵੇ, ਖੇਡਾਂ ਦੇ ਸਮਾਨ ਦੀ ਗੱਲ ਹੋਵੇ, ਇੱਥੋਂ ਤੱਕ ਕਿ ਛੋਟੇ ਛੋਟੇ ਲੱਕੜ ਦੇ ਕਾਰਖਾਨੇ ਜਿਹੜੇ ਫਗਵਾੜੇ ਤੇ ਕਰਤਾਰਪੁਰ ਵਰਗੇ ਇਲਾਕਿਆਂ ਵਿੱਚ ਸਥਾਪਿਤ ਸੀ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਲੋਕ, ਬਾਕੀ ਕਾਰੀਗਰ ਤਬਕਾ, ਉਹ ਹੌਲੀ ਹੌਲੀ ਕਰਕੇ ਪੰਜਾਬ ਦੇ ਵਿੱਚੋਂ ਕਿਉਂ ਗਾਇਬ ਹੋ ਗਿਆ, ਕਿਉਂ ਖਤਮ ਕਰ ਦਿੱਤਾ ਗਿਆ? ਕਿੱਥੇ ਚਲੇ ਗਏ ਉਹ ਕਿਰਤੀ ਲੋਕ? ਕਿੱਥੇ ਚਲੇ ਗਏ ਉਹ ਮਿਹਨਤੀ ਲੋਕ? ਕਿੱਥੇ ਚਲੇ ਗਏ ਉਹ ਸਾਡੇ ਕਾਰੋਬਾਰ? ਤੇ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੇ ਜਿਸ ਭਾਰਤ ਮਾਤਾ ਦੇ ਝੰਡੇ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਸਪੂਤ ਬਾਰਡਰਾਂ ਤੇ ਖੜ ਕੇ ਗੋਲੀ ਖਾ ਰਹੇ ਨੇ, ਪਾਕਿਸਤਾਨ ਦੇ ਨਾਲ, ਚਾਈਨਾ ਦੇ ਨਾਲ ਤੇ ਦੂਜੇ ਮੁਲਕਾਂ ਦੇ ਨਾਲ ਜੰਗ ਲੜਦੀ ਹੁੰਦੀ ਹੈ ਤੇ ਉਸ ਵਕਤ ਪੰਜਾਬ ਬਟਾਲੀਅਨ ਨੂੰ ਚੇਤਾ ਕੀਤਾ ਜਾਂਦਾ, ਸਿੱਖ ਬਟਾਲੀਅਨ ਨੂੰ ਚੇਤਾ ਕੀਤਾ ਜਾਂਦਾ ਤੇ ਜਦੋਂ ਪੰਜਾਬ ਦੇ ਰਾਖੇ, ਪੰਜਾਬ ਦੇ ਲਈ ਡੋਲ ਡੋਲਣ ਵਾਲੇ, ਪੰਜਾਬ ਦੀ ਆਜ਼ਾਦੀ 'ਚ ਸਿਰ ਦੇਣ ਵਾਲੇ ਆਪਣੇ ਹੱਕ ਦੀ ਗੱਲ ਕਰਦੇ ਨੇ ਤੇ ਫਿਰ ਇਹਨਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਭਾਰਤ ਦੇ ਸੰਵਿਧਾਨ ਵਿੱਚ ਥਾਂ ਦਿੱਤੀ ਗਈ। ਤੇ ਜਿਹੜੇ ਮੇਰੇ ਹਿੰਦੂ ਭਰਾ ਤੇ ਜਿਹੜੇ ਮੇਰੇ ਗਰੀਬ ਤਬਕੇ ਦੇ ਬਾਕੀ ਜਾਤਾਂ ਨਾਲ ਸੰਬੰਧਿਤ ਰੱਖਣ ਵਾਲੇ ਭਰਾ ਨੇ, ਕੰਨ ਖੋਲ੍ਹ ਕੇ ਤੇ ਅੱਖਾਂ ਖੋਲ੍ਹ ਕੇ ਇਸ ਗੱਲ ਦਾ ਜਵਾਬ ਆਪਣੀ ਭਾਰਤ ਮਾਤਾ ਸਰਕਾਰ ਤੋਂ ਪੁੱਛੋ ਕਿ ਭਾਰਤ ਦੇ ਅੰਦਰ ਤੁਹਾਨੂੰ SC BC ਕਲਾਸਾਂ ਦੇ ਵਿੱਚ ਵੰਡਣ ਵਾਲਾ ਕੌਣ ਹੈ? ਭਾਰਤ ਦੇ ਅੰਦਰ ਤੁਹਾਨੂੰ ਛੋਟੀਆਂ ਜਾਤਾਂ, ਨੀਚ ਜਾਤਾਂ ਤੇ ਅਨੁਸੂਚਿਤ ਜਾਤੀਆਂ ਦਾ ਠੱਪਾ ਲਾਉਣ ਵਾਲਾ ਕੌਣ ਹੈ? ਤੇ ਅੱਜ ਵੀ ਪੰਜਾਬ ਦੇ ਅੰਦਰ ਜਦੋਂ ਕਿਸੇ ਬੱਚੇ ਨੂੰ ਸਕੂਲ ਦੇ ਵਿੱਚ ਦਾਖਲਾ ਦਵਾਇਆ ਜਾਂਦਾ ਤੇ ਉਹਦੇ ਸਰਟੀਫਿਕੇਟ ਦੇ ਉੱਪਰ ਉਹਦੀ ਜ਼ਾਤ ਦਾ ਠੱਪਾ ਲਾ ਕੇ ਉਹਦੇ ਤੇ ਮੋਹਰ ਕੌਣ ਲਾਉਂਦਾ?
ਕੀ ਇਹ ਸਿੱਖ ਤੁਹਾਡੇ ਨਾਲ ਵਿਤਕਰਾ ਕਰ ਰਹੇ ਨੇ? ਕੀ ਇਹ ਸਿੱਖਾਂ ਨੇ ਤੁਹਾਡੇ ਨਾਲ ਇਤਰਾਜ਼ ਜਤਾਇਆ ਸੀ? ਤੁਹਾਡੀ ਹੀ ਭਾਰਤ ਮਾਤਾ ਦੀ ਉਲੰਬੜਦਾਰ ਅੱਜ ਤੁਹਾਡੇ ਗਲ ਦੇ ਵਿੱਚ ਫੱਟਾ ਪਾਉਂਦੇ ਨੇ ਕਿ ਤੂੰ ਫਲਾਨੀ ਜਾਤ ਦਾ ਹੈ, ਤੂੰ ਫਲਾਨੇ ਤਬਕੇ ਦਾ ਹੈ, ਤੂੰ ਐਸੀ ਹੈ, ਤੂੰ ਬੀਸੀ ਹੈ, ਤੂੰ ਅਨੁਸੂਚਿਤ ਜਾਤੀ ਦਾ ਹੈ, ਤੂੰ ਪਛੜੀ ਸ਼੍ਰੇਣੀ ਦਾ ਹੈ। ਤੇ ਫਿਰ ਜੇਕਰ ਇਹਨਾਂ ਗੱਲਾਂ ਨੂੰ ਸਹਿਜ ਸੁਭਾਏ ਕਿਤੇ ਕੋਈ ਮਨੁੱਖ ਇੱਕ ਦੂਜੇ ਨਾਲ ਕਰ ਲੈਂਦਾ ਤੇ ਗੁਰੂ ਕੇ ਪਿਆਰਿਓ ਉਹਨੂੰ ਸਜ਼ਾ ਹੋ ਜਾਂਦੀ, ਉਹਨੂੰ ਜੁਰਮਾਨਾ ਹੋ ਜਾਂਦਾ। ਪਰ ਜਦੋਂ ਭਾਰਤ ਸਰਕਾਰ ਆਪਣੇ ਸਕੂਲ ਦੇ ਸਰਟੀਫਿਕੇਟ ਤੇ ਤੁਹਾਡੀ ਜ਼ਾਤ ਦਾ ਠੱਪਾ ਲਾ ਕੇ ਤੁਹਾਨੂੰ ਦਿੰਦੀ ਹੈ, ਉਸ ਵਕਤ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਅੱਜ ਪੰਜਾਬ ਦੇ ਰਹਿਣ ਵਾਲੇ ਮੇਰੇ ਲੋਕ, ਅੱਜ ਪੰਜਾਬ ਦੇ ਵਿੱਚ ਵਸਣ ਵਾਲੇ ਮੇਰੇ ਹਿੰਦੂ ਮੁਸਲਮਾਨ ਸਿੱਖ ਭਰਾ, ਕੀ ਆਪਣੀ ਜ਼ਿੰਦਗੀ ਸੁਖਾਲੀ ਜੀ ਰਹੇ ਨੇ? ਕੋਈ ਇੱਕ ਵੀ ਸਰਕਾਰੀ ਹਸਪਤਾਲ ਜਿੱਥੋਂ ਮੇਰੇ ਹਿੰਦੂ ਸਿੱਖ ਮੁਸਲਮਾਨ ਭਰਾਵਾਂ ਨੂੰ ਪੂਰਨ ਰੂਪ ਦੇ ਵਿੱਚ ਫ੍ਰੀ ਇਲਾਜ ਤੇ ਫ੍ਰੀ ਦਵਾਈ ਮਿਲਦੀ ਹੋਵੇ, ਤੁਸੀਂ ਬਾਂਹ ਖੜੀ ਕਰਕੇ ਦੱਸ ਸਕਦੇ ਹੋ? ਕੋਈ ਇੱਕ ਵੀ ਐਸਾ ਸਰਕਾਰੀ ਕਾਲਜ, ਕੋਈ ਐਸੀ ਯੂਨੀਵਰਸਿਟੀ ਜਿਹੜੀ ਗਰੀਬਾਂ ਦੇ ਤਬਕੇ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੱਗੇ ਆ ਰਹੀ ਹੋਵੇ ਤੇ ਉਹਦਾ ਖਰਚਾ ਭਾਰਤ ਸਰਕਾਰ ਚੁੱਕਦੀ ਹੋਵੇ, ਤੁਸੀਂ ਦੱਸ ਦਿਓ? ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਵੇ ਤੇ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰੀਏ, ਵਿਦੇਸ਼ਾਂ ਤੋਂ ਪੈਸਾ ਭੇਜੀਏ, ਪੰਜਾਬ ਦੇ ਅੰਦਰ ਸਿਹਤ ਦੀ ਗੱਲ ਹੋਵੇ ਤੇ ਬਾਹਰੋਂ ਵਿਦੇਸ਼ਾਂ ਤੋਂ, ਤੇ ਪੰਜਾਬ ਦੇ ਵਿੱਚ ਮਨੁੱਖਤਾ ਦੀ ਭਲਾਈ ਦੇ ਅਦਾਰੇ ਚਲਾਉਣ ਵਾਲੇ ਸਾਡੇ ਪੰਜਾਬੀ ਭਰਾ ਉਹ ਪੈਸੇ ਇਕੱਠੇ ਕਰਕੇ ਤੁਹਾਡੀਆਂ ਸਿਹਤਾਂ ਦਾ ਇਲਾਜ ਕਰਨ। ਪੰਜਾਬ ਦੇ ਅੰਦਰ ਕੋਈ ਵਿਪਤਾ ਪੈ ਜਾਵੇ, ਕੋਈ ਸੰਕਟ ਆ ਜਾਵੇ ਤੇ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦੀ ਬਾਂਹ ਫੜਦੇ ਹਾਂ, ਤੇ ਜਿਹੜੀ ਭਾਰਤ ਮਾਤਾ ਦੇ ਝੰਡੇ ਚੁੱਕ ਕੇ ਭਾਰਤ ਮਾਤਾ ਦੇ ਜੈਕਾਰੇ ਲਾਉਣ ਵਾਲੇ ਨੇ, ਉਹਨਾਂ ਦਾ ਅਧਿਕਾਰ ਨਹੀਂ ਬਣਦਾ, ਉਹਨਾਂ ਦਾ ਹੱਕ ਨਹੀਂ ਬਣਦਾ ਕਿ ਆਪਣੇ ਇਹਨਾਂ ਦੇਸ਼ ਵਾਸੀਆਂ ਦੇ ਨਾਲ ਖੜਨ? ਜਦੋਂ ਤੇ ਪੈਸੇ ਲੈਣ ਦੀ ਗੱਲ ਹੈ, ਭਾਰਤ ਮਾਤਾ ਦੇ ਵਾਸਤੇ ਸਿਰ ਦੇਣ ਦੀ ਗੱਲ ਹੈ ਤੇ ਭਾਰਤ ਦੇ ਤਿਰੰਗੇ ਝੰਡੇ ਦੀ ਗੱਲ ਹੈ ਤੇ ਉਦੋਂ ਪੰਜਾਬ ਸਭ ਤੋਂ ਅੱਗੇ ਹੋਵੇ, ਤੇ ਜਦੋਂ ਪੰਜਾਬ ਆਪਣੇ ਹੱਕ ਦੀ ਗੱਲ ਕਰੇ, ਆਪਣੇ ਪੱਖ ਦੀ ਗੱਲ ਕਰੇ, ਤੇ ਉਸ ਵਕਤ ਇਹ ਇੱਕ ਲੜਾਕੂ ਸੂਬਾ ਬਣ ਜਾਂਦਾ, ਇੱਕ ਜਰਾਇਮ ਪੇਸ਼ਾ ਕੌਮ ਬਣ ਜਾਂਦੀ ਜਿਹੜੀ ਭਾਰਤ ਦੇ ਕਾਨੂੰਨ ਦੇ ਵਿੱਚ ਫਿੱਟ ਨਹੀਂ ਪੈਂਦੀ। ਥੋੜੇ ਦਿਨ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੇ ਉਪਰਾਲਾ ਕਰਕੇ ਪੰਜਾਬ ਦੀ ਰੁੜਦੀ ਜਾਂਦੀ ਨੌਜਵਾਨੀ ਨੂੰ ਨਸ਼ਿਆਂ ਚੋਂ ਕੱਢਣ ਵਾਸਤੇ, ਗੁਰੂ ਕੇ ਸਿੱਖ ਬਣਾਉਣ ਵਾਸਤੇ ਉਪਰਾਲਾ ਕੀਤਾ ਤੇ ਭਾਰਤ ਮਾਤਾ ਦੇ ਸਪੂਤਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਨਿੱਤ ਪ੍ਰਤੀ ਪੰਜਾਬ ਦੀ ਧਰਤੀ ਤੇ ਹਿੰਦੂ ਮੁਸਲਮਾਨ ਸਿੱਖ ਭਰਾਵਾਂ ਦੇ ਬੱਚੇ ਨਸ਼ਿਆਂ ਨਾਲ ਮਰ ਰਹੇ ਹੈ। ਉਸ ਵਕਤ ਭਾਰਤ ਦੀ ਸਰਕਾਰ ਨੂੰ ਇਹ ਗੱਲ ਨਜ਼ਰ ਨਹੀਂ ਆਉਂਦੀ ਤੇ NSA ਲਾ ਕਰਕੇ ਉਹਨਾਂ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ, ਤੇ ਜਦ ਭਾਰਤ ਦੇ ਬਾਕੀ ਸੂਬਿਆਂ ਦੇ ਅੰਦਰ ਛੋਟੀਆਂ ਛੋਟੀਆਂ ਬੱਚੀਆਂ ਨੂੰ ਨੰਗੀਆਂ ਘੁਮਾਇਆ ਗਿਆ, ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਟੈਲੀਵਿਜ਼ਨ ਚੈਨਲ ਜਿਹੜੇ ਦਿਨ ਰਾਤ ਮੋਦੀ ਦੀਆਂ ਚੱਪਲਾਂ ਚੱਟਦੇ, ਜੀਭਾਂ ਹਿਲਾਉਂਦੇ ਨਹੀਂ ਥੱਕਦੇ, ਉਹਨਾਂ ਨੂੰ ਦੰਦਲ ਪੈ ਗਈ ਤੇ ਉਹਨਾਂ ਵਾਸਤੇ ਕੋਈ ਵੀ ਕਾਨੂੰਨ, ਕੋਈ ਵੀ NSA ਸਾਹਮਣੇ ਨਹੀਂ ਆਇਆ। ਤੇ ਗੁਰੂ ਕੇ ਪਿਆਰਿਓ, ਭਾਰਤ ਦੇ ਇਸ ਅਖੌਤੀ ਮਖੌਟੇ ਨੂੰ ਉਤਾਰਨ ਵਾਸਤੇ ਸਾਨੂੰ ਆਵਾਜ਼ ਚੱਕਣੀ ਪਵੇਗੀ। ਤੇ ਅੱਜ ਕੀ ਗੱਲ ਹੈ ਕਿ ਪੰਜਾਬ ਦੀ ਉਹ ਜ਼ਰਖੇਜ਼ ਧਰਤੀ, ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਦੇ ਵਿੱਚ ਨਾਮ ਕਮਾਇਆ ਤੇ ਅੱਜ ਆਪਣੀ ਮਿੱਟੀ, ਆਪਣਾ ਪਰਿਵਾਰ, ਆਪਣਾ ਘਰ ਤੇ ਆਪਣਾ ਪੰਜਾਬ ਛੱਡਣ ਨੂੰ ਮਜਬੂਰ ਨੇ, ਬੱਚਿਆਂ ਨੂੰ ਉੱਥੋਂ ਕੱਢਣਾ ਚਾਹੁੰਦੇ ਨੇ, ਜ਼ਮੀਨਾਂ ਜਾਇਦਾਦਾਂ ਵੇਚ ਦੇਣੀਆਂ ਚਾਹੁੰਦੇ ਨੇ ਤਾਂ ਜੋ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਜ਼ਿੰਦਗੀ ਸੁਖਾਲੀ ਜੀ ਜਾ ਸਕੇ। ਸੋ ਗੁਰੂ ਕੇ ਪਿਆਰਿਓ, ਆਪਣੀ ਸੁਖਾਲੀ ਜ਼ਿੰਦਗੀ ਜੀਣ ਵਾਸਤੇ ਸੋਚਣਾ, ਉਹਦੇ ਵਾਸਤੇ ਉਪਰਾਲਾ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇੱਕ ਗੱਲ ਜ਼ਰੂਰ ਵਿਚਾਰ ਕਰਿਓ ਵੀ ਜੇਕਰ ਭਾਰਤ ਮਾਤਾ ਸਾਡੀ ਮਾਂ ਹੈ, ਭਾਰਤ ਦੀ ਧਰਤੀ ਸਾਡੀ ਆਪਣੀ ਧਰਤੀ ਹੈ, ਪੰਜਾਬ ਦਾ ਸੂਬਾ ਸਾਡਾ ਆਪਣਾ ਸੂਬਾ ਹੈ, ਤੇ ਫਿਰ ਸਾਨੂੰ ਬੇਗਾਨਗੀ ਦਾ ਅਹਿਸਾਸ ਕਿਉਂ ਹੋ ਰਿਹਾ? ਤੇ ਜਿਹੜੇ ਮੇਰੇ ਵੀਰ ਇਹ ਸੋਚਦੇ ਹੈ ਕਿ ਨਹੀਂ ਭਾਈ, ਅਸੀਂ ਕੋਈ ਕੇਸਾਂ ਵਾਲੇ ਤੇ ਦਾੜੀਆਂ ਵਾਲੇ ਖਾੜਕੂਆਂ ਦੀ ਹਮਾਇਤ ਨਹੀਂ ਕਰਨੀ, ਜਾਂ ਅਸੀਂ ਭਾਈ ਐਸੇ ਲੋਕਾਂ ਨੂੰ ਅਸੀਂ ਗਲਤ ਸਮਝਦੇ ਹਾਂ ਜਿਹੜੇ ਭਾਰਤ ਨੂੰ ਖਾਲਿਸਤਾਨ ਬਣਾ ਕੇ ਵੱਖਰਾ ਕਰਨਾ ਚਾਹੁੰਦੇ ਨੇ, ਉਹ ਅੱਜ ਇਸ ਗੱਲ ਨੂੰ ਤੇ ਜ਼ਰੂਰ ਸਪਸ਼ਟ ਕਰ ਦੇਣ
ਵੀ ਜੇਕਰ ਪੰਜਾਬ ਦੀ ਧਰਤੀ ਤੇ ਤੁਹਾਨੂੰ ਆਪਣੇ ਬੱਚਿਆਂ ਦਾ ਭਵਿੱਖ ਨਜ਼ਰ ਨਹੀਂ ਆ ਰਿਹਾ ਤੇ ਉਹਦਾ ਕੀ ਕਾਰਨ ਹੈ? ਜੇਕਰ ਪੰਜਾਬ ਦੀ ਧਰਤੀ ਤੇ ਤੁਹਾਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਉਹਦਾ ਕੀ ਕਾਰਨ ਹੈ? ਪੰਜਾਬ ਦੇ ਅੰਦਰ ਚੰਗੀ ਵਿਦਿਆ ਦੇਣ ਵਾਸਤੇ ਪ੍ਰਾਈਵੇਟ ਸਕੂਲਾਂ ਦੀਆਂ ਲੱਖਾਂ ਰੁਪਈਆਂ ਦੇ ਵਿੱਚ ਫੀਸਾਂ ਭਰਨੀਆਂ ਤੁਹਾਡੇ ਵਾਸਤੇ ਔਖੀਆਂ ਨੇ, ਉਹਦੇ ਪਿੱਛੇ ਕਿਹਦਾ ਹੱਥ ਹੈ? ਤੇ ਪੰਜਾਬ ਦੀ ਧਰਤੀ ਦੇ ਉੱਪਰ ਕਾਨੂੰਨ ਵਿਵਸਥਾ ਦੇ ਨਾਂ ਦੇ ਉੱਪਰ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਬੰਦੇ ਨੂੰ ਚੁੱਕ ਕੇ ਝੂਠੇ ਕੇਸਾਂ 'ਚ ਫਸਾ ਦੇਣਾ ਤੇ ਉਹਦੀ ਜ਼ਮਾਨਤ ਤੱਕ ਨਾ ਹੋਣੀ, ਉਹਦੇ ਪਿੱਛੇ ਕਿਹਦਾ ਕਸੂਰ ਹੈ? ਕੀ ਇਹ ਸਾਰੇ ਕੰਮ ਤੁਹਾਨੂੰ ਖਾੜਕੂ ਕਰਕੇ ਦੇ ਰਿਹਾ ਜਾਂ ਸਿੰਘਾਂ ਦੇ ਕਰਕੇ ਤੁਹਾਡੇ 'ਤੇ ਹੋ ਰਿਹਾ? ਨਹੀਂ ਭਰਾਓ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਈਸਾਈ ਹੈ, ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀ ਬੋਲਣ ਵਾਲੇ ਹੋ ਤੇ ਤੁਹਾਡੇ ਨਾਲ ਦੁਵੱਲਾ ਵਰਤਾ ਕੀਤਾ ਹੀ ਜਾਣਾ। ਹਾਂ, ਇੰਨਾ ਜ਼ਰੂਰ ਫਰਕ ਪੈ ਸਕਦਾ ਕਿ ਜੇਕਰ ਤੁਹਾਡੇ ਸਿਰ ਤੇ ਦਸਤਾਰ ਤੇ ਚਿਹਰੇ ਤੇ ਦਾੜਾ ਹੈ ਤੇ ਤੁਸੀਂ ਛੇਤੀ ਤੇ ਸੌਖੇ ਟਾਰਗੇਟ ਬਣ ਜਾਓਗੇ, ਤੇ ਜੇਕਰ ਸਿਰ ਮੂੰਹ ਮਨਾ ਕੇ ਇਹਨਾਂ ਦੀਆਂ ਭੇਡਾਂ ਦੇ ਵਿੱਚ ਰਲੇ ਫਿਰਦੇ ਹੋ ਤੇ ਥੋੜੀ ਦੇਰ ਤੁਹਾਡਾ ਬਚਾਅ ਹੋ ਜਾਏਗਾ, ਪਰ ਜਦੋਂ ਤੁਹਾਡਾ ਨਾਂ ਤੇ ਤੁਹਾਡਾ ਐਡਰੈਸ ਪਤਾ ਲੱਗੇਗਾ ਕਿ ਭਾਈ ਇਹ ਵੀ ਪੰਜਾਬ ਦਾ ਰਹਿਣ ਵਾਲਾ ਪਰ ਪੰਜਾਬ ਦਾ ਵਸਨੀਕ ਹੈ ਤੇ ਪੰਜਾਬੀ ਹੈ ਤੇ ਖੈਰ ਤੁਹਾਡੀ ਵੀ ਨਹੀਂ, ਥੋੜੇ ਦਿਨ ਤੇ ਬਚਾਅ ਹੋ ਜਾਏਗਾ ਪਰ ਬਹੁਤੀ ਦੇਰ ਨਹੀਂ। ਸੋ 15 ਅਗਸਤ 1947 ਭਾਈ ਪੰਜਾਬ ਦੀ ਵੰਡ ਦਾ ਦਿਨ ਹੈ, ਪੰਜਾਬ ਦੀਆਂ ਬੇਟੀਆਂ ਦੀਆਂ ਲੁੱਟੀਆਂ ਹੋਈਆਂ ਇੱਜ਼ਤਾਂ ਦਾ ਦਿਹਾੜਾ ਹੈ, ਬਿਰਧ ਮਾਵਾਂ ਨੂੰ ਨੰਗੀਆਂ ਕਰਕੇ ਟ੍ਰੇਨਾਂ ਵਿੱਚ ਭੇਜੇ ਜਾਣ ਦਾ ਦਿਹਾੜਾ ਹੈ, ਆਪਣੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਬੇਘਰ ਕਰਕੇ ਦੂਜੇ ਮੁਲਕ ਦੇ ਵਿੱਚ ਬੇਗਾਨਗੀ ਕਰਾਉਣ ਦਾ ਅਹਿਸਾਸ ਦਾ ਦਿਹਾੜਾ ਹੈ, ਤੇ ਇੰਨਾ ਹੀ ਨਹੀਂ, ਜਿਹੜੇ ਮੁਲਕ ਨੂੰ ਚੁਣਿਆ, ਜਿਹੜੇ ਮੁਲਕ ਦੇ ਵਿੱਚ ਸਾਰਾ ਕੁਝ ਲੁੱਟ ਲੁਟਾ ਕੇ ਅਸੀਂ ਆਏ ਤੇ ਅੱਜ ਉਸ ਮੁਲਕ ਦੇ ਵਿੱਚ ਵੀ ਜਰਾਇਮ ਪੇਸ਼ਾ ਕੌਮ ਬਣ ਕੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਸਾਨੂੰ ਅਧਿਕਾਰ ਦਿੱਤਾ ਗਿਆ ਹੈ। ਸੋ ਕਿਹੜੇ ਮੂੰਹ ਦੇ ਨਾਲ ਭਾਰਤ ਮਾਤਾ ਦੀ ਜੈਕਾਰੇ ਲਾਉਂਦਿਆਂ ਹੋਇਆਂ ਤਿਰੰਗੇ ਝੰਡੇ ਫੜ ਕੇ ਤੁਸੀਂ ਕਾਲਜਾਂ ਸਕੂਲਾਂ ਦੇ ਵਿੱਚ ਭਾਈ ਆਜ਼ਾਦੀ ਦਾ ਜਸ਼ਨ ਮਨਾ ਰਹੇ? ਕਾਲਜਾਂ ਤੇ ਸਕੂਲਾਂ ਦੇ ਅੰਦਰ, ਸਰਕਾਰੀ ਅਦਾਰਿਆਂ ਦੇ ਅੰਦਰ ਜਿੱਥੇ ਬੱਚਿਆਂ ਨੂੰ ਬਹਿਣ ਵਾਸਤੇ ਬੈਂਚ ਨਹੀਂ, ਬਹਿਣ ਵਾਸਤੇ ਟਾਟ ਨਹੀਂ ਮਿਲਦੇ, ਸਭ ਤੋਂ ਘੱਟ ਦਰਜੇ ਦਾ ਭੋਜਨ ਸਰਕਾਰੀ ਰਾਸ਼ਨ ਵਿੱਚੋਂ ਗਲੀ ਹੋਈ ਕਣਕ ਤੇ ਆਟਾ ਦਾਲ ਤੁਹਾਨੂੰ ਭੇਜਿਆ ਜਾਂਦਾ ਜਿਹੜਾ ਬੱਚਿਆਂ ਨੂੰ ਖਵਾਇਆ ਜਾਂਦਾ, ਤੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਅੱਗੇ ਜਾ ਕਰਕੇ ਕਿਸੇ ਵੀ ਨੌਕਰੀ ਵਾਸਤੇ ਤੁਹਾਨੂੰ ਕੋਈ ਜਗ੍ਹਾ ਨਹੀਂ, ਪੰਜਾਬ ਪੁਲਿਸ ਦੀਆਂ ਤੇ ਸੈਂਟਰ ਸਰਕਾਰ ਦੀ ਪੁਲਿਸ ਦੀਆਂ ਡਾਂਗਾਂ ਖਾਣ ਵਾਸਤੇ ਤੁਹਾਨੂੰ ਧਰਨੇ ਤੇ ਮੁਜ਼ਾਹਰੇ ਲਾਉਣੇ ਪੈਂਦੇ ਨੇ, ਤੇ ਆਖਿਰਕਾਰ ਆਪਣੀਆਂ ਹੀ ਜ਼ਮੀਨਾਂ ਤੇ ਘਰ ਬਾਰ ਵੇਚ ਕੇ ਪੜ੍ਹੇ ਲਿਖੇ ਨੌਜਵਾਨ ਮੇਰੀਆਂ ਭੈਣਾਂ, ਇੱਥੋਂ ਤੱਕ ਕਿ ਚੰਗੇ ਚੰਗੇ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਇਹ ਗੱਲ ਕਹਿੰਦੇ ਆ ਕਿ ਜੇਕਰ ਮੌਕਾ ਮਿਲੇ ਤੇ ਪੁਆਇੰਟ ਬੇਸ ਸਿਸਟਮ ਤੇ ਅਸੀਂ ਵੀ ਪੰਜਾਬ ਨੂੰ ਛੱਡ ਕੇ ਬਾਹਰ ਨਿਕਲ ਜਾਈਏ, ਤੇ ਉਹ ਲੋਕ ਫਿਰ ਮੈਨੂੰ ਦੱਸਣਗੇ ਵੀ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਤੇ ਤਿਰੰਗੇ ਝੰਡੇ ਨੂੰ ਫੜ ਕੇ ਆਜ਼ਾਦੀ ਦੇ ਜਸ਼ਨ ਤੁਹਾਡੇ ਲਈ ਕਾਹਦੇ? ਜੇਕਰ 15 ਅਗਸਤ 1947 ਨੂੰ ਸਾਡੀ ਮਾਤਾ ਦੀ, ਸਾਡੀ ਭੈਣ ਦੀ ਇੱਜ਼ਤ ਲੁੱਟੀ ਗਈ, ਸਾਨੂੰ ਘਰੋਂ ਬੇਘਰ ਕਰ ਦਿੱਤਾ ਗਿਆ, ਬਾਪ ਦੇ ਕਤਲ ਕਰ ਦਿੱਤੇ ਗਏ, ਧੀਆਂ ਦੇ ਕਤਲ ਕਰ ਦਿੱਤੇ ਗਏ, ਭੈਣਾਂ ਦੇ ਭਰਾ ਮਾਰ ਦਿੱਤੇ ਗਏ, ਸੁਹਾਗਣਾਂ ਦੇ ਸੁਹਾਗ ਉਜਾੜ ਦਿੱਤੇ ਗਏ, ਤੇ ਜੇ ਇਹ ਨਿੱਜੀ ਰੂਪ ਦੇ ਵਿੱਚ ਸਾਡੇ ਆਪਣੇ ਘਰ ਦੇ ਵਿੱਚ ਵਾਪਰਿਆ ਹੁੰਦਾ ਤੇ ਕੀ ਅਸੀਂ ਹਰ ਸਾਲ ਇਸ ਗੱਲ ਦਾ ਜਸ਼ਨ ਮਨਾਉਂਦੇ? ਕਦੇ ਵੀ ਨਹੀਂ, ਬਲਕਿ ਸੋਗ ਦੀ ਘੜੀ ਤੇ ਆਪਣੇ ਅੰਦਰ ਉਸ ਜਜ਼ਬੇ ਨੂੰ ਪੈਦਾ ਕਰਦੇ ਕਿ ਜੋ ਮੇਰੇ ਨਾਲ ਵਧੀਕੀ ਹੋਈ ਹੈ ਉਸ ਵਧੀਕੀ ਦਾ ਮੈਂ ਜਵਾਬ ਜ਼ਰੂਰ ਲਵਾਂਗਾ। ਤੇ ਅੱਜ ਪੰਜਾਬ ਦੇ ਵਾਸੀਓ, ਤੁਹਾਡੇ ਛੋਟਿਆਂ ਬੱਚਿਆਂ ਨੂੰ ਸਕੂਲਾਂ ਦੇ ਅੰਦਰ ਤਿਰੰਗੇ ਝੰਡੇ ਫੜਾ ਕੇ ਪੰਜਾਬੀ ਤੇ ਹਿੰਦੀ ਗਾਣਿਆਂ ਤੇ ਨਚਾਇਆ ਜਾਂਦਾ, ਵਿਜੈ ਵਿਸ਼ਵ ਤਿਰੰਗਾ ਪਿਆਰਾ, ਝੰਡਾ ਉੱਚਾ ਰਹੇ ਹਮਾਰਾ, ਭਾਈ ਉਹਨਾਂ ਲੀਡਰਾਂ ਨੂੰ, ਉਹਨਾਂ ਪੰਜਾਬ ਤੋਂ ਬਾਹਰ ਰਹਿੰਦੇ ਦਿੱਲੀ ਦੇ ਦਲਾਲਾਂ ਨੂੰ ਪੁੱਛੋ ਕਿ ਤੁਹਾਡੇ ਬੱਚੇ, ਤੁਹਾਡੀਆਂ ਲੜਕੀਆਂ, ਤੁਹਾਡੇ ਲੜਕੇ ਇਹਨਾਂ ਤਿਰੰਗੇ ਝੰਡਿਆਂ ਨੂੰ ਫੜ ਕੇ ਕਿਹੜੇ ਕਾਲਜਾਂ, ਕਿਹੜੇ ਯੂਨੀਵਰਸਿਟੀਆਂ 'ਚ ਨੱਚ ਰਹੇ ਆ?
ਭਾਰਤ ਦੀ ਸੈਨਾ ਦੇ ਅੰਦਰ ਮਰਨ ਵਾਲੇ ਪੰਜਾਬ ਦੇ ਸਿੱਖ ਨੌਜਵਾਨਾਂ, ਪੰਜਾਬ ਦੇ ਦੂਜੇ ਤਬਕੇ ਦੇ ਨੌਜਵਾਨਾਂ ਤੋਂ ਇਲਾਵਾ ਭਾਰਤ ਦੇ ਕਿਹੜੇ ਮੰਤਰੀ ਦਾ ਬੇਟਾ, ਕਿਹੜੇ ਮੰਤਰੀ ਦੀ ਬੇਟੀ ਹੈ ਜਿਹੜੀ ਪੰਜਾਬ ਦੇ ਤੇ ਪਾਕਿਸਤਾਨ ਦੇ ਬਾਰਡਰ ਤੇ ਖੜ ਕੇ ਗੋਲੀ ਖਾ ਰਹੀ ਹੈ? ਜਦੋਂ ਤੇ ਗੱਲ ਆਉਣੀ ਹੈ ਭਾਰਤ ਮਾਤਾ ਦੇ ਲਈ ਸਿਰ ਦੇਣ ਦੀ, ਉਦੋਂ ਤੁਹਾਡੇ ਬੱਚੇ ਯਾਦ ਆਉਣਗੇ। ਜਦੋਂ ਦੇਸ਼ ਦੇ ਤਿਰੰਗੇ ਝੰਡੇ ਨੂੰ ਉੱਚੇ ਕਰਨ ਦੀ ਗੱਲ ਆਵੇਗੀ, ਉਦੋਂ ਤੁਹਾਡੇ ਬੱਚੇ ਯਾਦ ਆਉਣਗੇ। ਜਦੋਂ ਭਾਰਤ ਦੇਸ਼ ਨੂੰ ਖਤਰਾ ਹੋਵੇਗਾ ਕਿਸੇ ਦੂਜੇ ਦੇਸ਼ ਤੋਂ, ਤੇ ਉਦੋਂ ਪੰਜਾਬ ਦੇ ਲੋਕ, ਪੰਜਾਬ ਦੇ ਬੱਚੇ ਯਾਦ ਆਉਣਗੇ। ਤੇ ਜਦੋਂ ਜਦੋਂ ਵੀ ਤੁਹਾਡੇ ਤੇ ਰਾਜ ਕਰਨ ਦੀ ਗੱਲ ਆਵੇਗੀ ਤੇ ਇਹਨਾਂ ਦੇ ਪਰਿਵਾਰ ਸਾਹਮਣੇ ਆਉਣਗੇ। ਲੋਕਾਂ ਨੂੰ ਜਾਤਾਂ ਦੇ ਵਿੱਚ ਵੰਡ ਕੇ ਜਾਤਾਂ ਦੇ ਆਧਾਰ ਤੇ ਵੋਟਾਂ ਇਕੱਠੀਆਂ ਕਰਨੀਆਂ ਹੋਣਗੀਆਂ, ਤੇ ਇਹਨਾਂ ਦੇ ਬੱਚੇ, ਇਹਨਾਂ ਦੇ ਪਿਤਾ ਜਿਹੜੇ ਅੱਜ ਸਿਰ ਤੇ ਬੈਠੇ ਆ, ਗਾਂ ਇਹਨਾਂ ਦੀਆਂ ਔਲਾਦਾਂ ਤੁਹਾਡੇ ਤੇ ਕਾਬਜ਼ ਹੋਣਗੀਆਂ। ਲੱਖਾਂ ਹਜ਼ਾਰਾਂ ਕਰੋੜਾਂ ਰੁਪਈਆ ਇਹਨਾਂ ਦਿੱਲੀ ਦੇ ਦਲਾਲਾਂ ਨਾਲ ਮਿਲ ਕੇ ਗੁਜਰਾਤ ਦੇ ਉਹਨਾਂ ਢੋਂਗੀਆਂ ਨੇ, ਉਹਨਾਂ ਫਰੇਬੀਆਂ ਨੇ ਲੋਕਾਂ ਦਾ ਲੁੱਟ ਲਿਆ, ਉਹਨਾਂ ਨੂੰ ਅੱਜ ਤੱਕ ਫੜਿਆ ਨਹੀਂ ਜਾ ਸਕਿਆ। ਤੇ ਜੱਗੀ ਜੌਹਲ ਵਰਗੇ ਨੌਜਵਾਨ ਜਿਹੜੇ ਵਿਦੇਸ਼ ਤੋਂ ਪੰਜਾਬ ਆਪਣੀ ਨਿੱਜੀ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਜਾਂਦੇ ਨੇ, ਤੇ ਉਹਨਾਂ ਨੂੰ ਕਈ ਕਈ ਸਾਲ ਜੇਲ੍ਹਾਂ 'ਚ ਬਿਨਾਂ ਕਿਸੇ ਕਸੂਰ ਤੋਂ ਰੱਖ ਲਿਆ ਜਾਂਦਾ। ਤੇ ਜਿਹੜੇ ਮੁਲਕ ਦੇ ਬਛਿੰਦੇ ਨੂੰ ਤੁਸੀਂ ਫੜ ਕੇ ਭਾਰਤ ਵਿੱਚ ਰੱਖਿਆ ਹੋਇਆ, ਉਸੇ ਹੀ ਮੁਲਕ ਦੇ ਵਿੱਚ ਤੁਹਾਡੇ ਨੀਰਜ ਮੋਦੀ ਵਰਗੇ ਤੇ ਦੂਸਰੇ ਜਿਹੜੇ ਕਿੰਗਫਿਸ਼ਰ ਏਅਰਲਾਈਨ ਦੇ ਮਾਲਕ ਨੇ, ਸ਼ਰੇਆਮ ਇੱਥੇ ਲੰਡਨ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਨੇ, ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ। ਅਵਤਾਰ ਸਿੰਘ ਖੰਡੇ ਵਰਗੇ ਨੌਜਵਾਨ ਜਿਨ੍ਹਾਂ ਦਾ ਭਾਰਤੀ ਅੰਬੈਸੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਭਾਰਤ ਦੇ ਟੈਲੀਵਿਜ਼ਨ ਚੈਨਲਾਂ ਤੇ ਉਹਨਾਂ ਨੂੰ ਖੂੰਖਾਰ ਅੱਤਵਾਦੀ ਐਲਾਨ ਕੇ ਤੇ ਗ੍ਰਿਫਤਾਰੀਆਂ ਤੱਕ ਦਾ ਹੀ ਗੱਲ ਕਹਿ ਦਿੱਤੀ ਗਈ। ਤੇ ਭਾਈ ਇਹ ਵੀ ਲੋਕ ਤੇ ਉਸੇ ਇੰਗਲੈਂਡ ਦੀ ਧਰਤੀ ਦੇ ਉੱਪਰ ਖੁੱਲ੍ਹੇਆਮ ਭਾਰਤ ਦੀਆਂ ਟੀਮਾਂ ਦੇ ਕ੍ਰਿਕਟ ਮੈਚ ਦੇਖਣ ਵਾਸਤੇ ਕੈਬਨ ਦੀਆਂ ਟਿਕਟਾਂ ਲੈ ਕੇ ਮੋਹਰਲੀ ਕਤਾਰ 'ਚ ਬੈਠੇ ਹੁੰਦੇ ਨੇ, ਉਦੋਂ ਤੁਹਾਡੀ ਏਜੰਸੀ, ਉਦੋਂ ਤੁਹਾਡਾ ਕਾਨੂੰਨ ਕਿੱਥੇ ਚਲਾ ਜਾਂਦਾ? ਤੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ, ਭਰਾਓ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ, ਆਪਣੀ ਚੰਗੀ ਜ਼ਿੰਦਗੀ ਵਾਸਤੇ, ਆਪਣੇ ਆਉਣ ਵਾਲੇ ਅੱਗੇ ਨੂੰ ਸਵਾਰਨ ਵਾਸਤੇ ਆਪਣੀਆਂ ਅੱਖਾਂ ਖੋਲ੍ਹੋ। ਇਹਨਾਂ ਅਖੌਤੀ ਭਾਰਤ ਮਾਤਾ ਦੇ ਸੱਚੇ ਸਪੂਤਾਂ ਦੇ ਤੁਸੀਂ ਸੋਟੀਲੇ ਭਰਾ ਹੋ, ਤੁਸੀਂ ਇਹਨਾਂ ਦੇ ਸ਼ਰੀਕ ਹੋ, ਇਹ ਕਦੇ ਵੀ ਤੁਹਾਡੇ ਸਕੇ ਨਹੀਂ ਬਣਨਗੇ। ਜਦੋਂ ਜਦੋਂ ਵੀ ਕੁਝ ਲੈਣ ਦੀ ਗੱਲ ਆਵੇਗੀ, ਉਸ ਵਕਤ ਇਹ ਤੁਹਾਡੀ ਧੌਣ ਤੇ ਗੋਡਾ ਰੱਖਣਗੇ, ਤੇ ਜਦੋਂ ਜਦੋਂ ਤੁਸੀਂ ਆਪਣਾ ਅਧਿਕਾਰ ਮੰਗੋਗੇ ਤੇ ਤੁਹਾਨੂੰ ਗੋਲੀਆਂ ਮਾਰ ਕੇ ਜੇਲ੍ਹਾਂ ਦੇ ਵਿੱਚ ਡੱਕ ਕੇ ਤੁਹਾਡਾ ਖਾਤਮਾ ਕੀਤਾ ਜਾਣਾ। ਭਾਰਤ ਮਾਤਾ ਹੋਵੇਗੀ ਇਹਨਾਂ ਦੀ ਹੋਵੇਗੀ ਜੀ ਸਦਕੇ ਜਸ਼ਨ ਮਨਾਉਣ, ਭਾਰਤ ਦੀ ਆਜ਼ਾਦੀ ਇਹਨਾਂ ਦੀ ਆਜ਼ਾਦੀ ਹੋਵੇਗੀ ਜੀ ਥਰਕੇ ਜਸ਼ਨ ਮਨਾਉਣ। ਪਰ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਖੂਨ ਡੋਲਿਆ, 100 ਦੇ ਵਿੱਚੋਂ 80 ਸਿਰ ਦਿੱਤੇ, ਆਪਣੇ ਘਰ ਬਾਰ ਲੁਟਾਏ, ਆਪਣੀਆਂ ਇੱਜ਼ਤਾਂ ਲੁਟਾਈਆਂ, ਆਪਣੀਆਂ ਬਹੁ ਬੇਟੀਆਂ ਗਵਾ ਲਈਆਂ, ਘਰਾਂ ਤੋਂ ਬੇਘਰ ਹੋ ਗਏ, ਉਹਨਾਂ ਲਈ ਇਹ 15 ਅਗਸਤ 1947 ਆਜ਼ਾਦੀ ਦਾ ਦਿਹਾੜਾ ਨਹੀਂ, ਇੱਕ ਗੁਲਾਮੀ ਤੋਂ ਦੂਸਰੀ ਗੁਲਾਮੀ ਦਾ ਦਿਹਾੜਾ ਹੈ। ਅੰਗਰੇਜ਼ ਦੀ ਗੁਲਾਮੀ ਤੋਂ ਸਨਾਤਨੀ ਗੁਲਾਮੀ ਸਾਡੇ ਗਲ ਪਾ ਦਿੱਤੀ ਗਈ, ਤੇ ਅੱਜ ਉਸੇ ਹੀ ਸਨਾਤਨੀ ਗੁਲਾਮੀ ਦਾ ਇਹ ਸਾਡੇ ਸਾਹਮਣੇ ਨਤੀਜਾ ਹੈ ਕਿ ਅਸੀਂ ਸ਼ਾਮ ਨੂੰ 5 ਵਜੇ ਆਪਣੇ ਹੀ ਘਰ, ਜਿੱਥੇ ਅਸੀਂ ਪੈਸਾ ਲਾ ਕੇ ਚਾਰ ਦਵਾਈ ਕੀਤੀ ਹੈ, ਉਹਦਾ ਕੁੰਡਾ ਲਾ ਕੇ ਤੇ ਅੰਦਰ ਡਰ ਕੇ ਬਹਿ ਜਾਂਦੇ ਹਾਂ ਵੀ ਸ਼ਾਮ ਦਾ ਮਾਹੌਲ ਚੰਗਾ ਨਹੀਂ, ਪਤਾ ਨਹੀਂ ਕੋਈ ਸ਼ਰਾਬੀ ਆ ਜਾਵੇ, ਕੋਈ ਨਸ਼ੇੜੀ ਆ ਜਾਵੇ, ਕਿਹੜਾ ਕਿਹਦੇ ਦਾਤ ਮਾਰ ਕੇ ਚਲਾ ਜਾਵੇ, ਕਿਹੜਾ ਕਿਹਦੇ ਕੰਨਾਂ 'ਚੋਂ ਬਾਲੀਆਂ ਲਾਹ ਕੇ ਲੈ ਜਾਵੇ, ਤੇ ਕਿਹੜਾ ਕਿਹਨੂੰ ਕਿੱਥੇ ਕਤਲ ਕਰ ਦੇਵੇ, ਇਹਦੇ ਬਾਰੇ ਕਿਸੇ ਨੂੰ ਵੀ ਕੋਈ ਬਾਰੇ ਗੱਲਬਾਤ ਨਹੀਂ ਪਤਾ ਹੈ। ਤੇ ਭਾਰਤ ਦਾ ਕਾਨੂੰਨ ਤੇ ਭਾਰਤ ਮਾਤਾ ਅੱਖਾਂ ਮੀਟ ਕੇ ਬੈਠੀ ਹੋਈ ਹੈ, ਤੇ ਭਾਰਤ ਦੇ ਵਿੱਚ ਰਹਿਣ ਵਾਲੇ ਦੂਜੇ ਦਰਜੇ ਦੇ ਲੋਕ ਆਪਣੇ ਹੀ ਪਿੰਡ, ਆਪਣੇ ਹੀ ਇਲਾਕੇ, ਆਪਣੇ ਹੀ ਲੱਖਾਂ ਰੁਪਈਆਂ ਦੀਆਂ ਕੋਠੀਆਂ ਦੇ ਅੰਦਰ ਜਿੰਦਾ ਮਾਰ ਕੇ ਡਰ ਕੇ ਬੈਠੇ ਹੋਏ। ਇਹ ਹੈ ਪੰਜਾਬ ਦੀ ਅਸਲ ਤਸਵੀਰ, ਜਿੱਥੇ ਲੜਕੀ ਨੂੰ, ਜਿੱਥੇ ਬੇਟੀ ਨੂੰ, ਜਿੱਥੇ ਮਾਤਾ ਨੂੰ ਸ਼ਾਮ ਨੂੰ ਘਰੋਂ ਨਿਕਲਦੀ ਨੂੰ ਡਰ ਲੱਗਦਾ ਵੀ ਮੈਨੂੰ ਬਾਹਰ ਸੜਕ ਤੇ ਕੋਈ ਚਾਰ ਚਪੇੜਾ ਮਾਰ ਕੇ ਮੇਰਾ ਪਰਸ ਖੋਲ੍ਹ ਕੇ ਲੈ ਜਾਏਗਾ,
ਮੇਰਾ ਮੋਬਾਈਲ ਫੋਨ ਖੋਹ ਕੇ ਲੈ ਜਾਏਗਾ। ਸਿਆਣੇ ਬਜ਼ੁਰਗ ਆਪਣੀ ਦਵਾਈ ਬੂਟੀ ਲੈਣ ਵਾਸਤੇ ਵੀ ਜਾਣ ਤੋਂ ਡਰਦੇ ਨੇ ਵੀ ਮੇਰੀ ਸਕੂਟਰੀ ਤੋਂ ਕਿਤੇ ਕੋਈ ਸਕੂਟਰੀ ਖੋਹ ਕੇ ਲੈ ਗਿਆ ਤੇ ਦਾਤ ਮਾਰ ਕੇ ਮਾਰ ਦਿੱਤਾ ਤੇ ਮੈਂ ਕੀ ਕਰਾਂਗਾ। ਤੇ ਅੱਜ ਫਿਰ ਜਦੋਂ ਭਾਰਤ ਮਾਤਾ ਦੇ ਜੈਕਾਰੇ ਲਾਉਂਦਿਆਂ ਹੋਇਆਂ, ਤਿਰੰਗਾ ਝੰਡਾ ਉੱਚਾ ਰਹੇ ਹਮਾਰਾ ਦੇ ਨਾਰੇ ਲਾਉਂਦਿਆਂ ਹੋਇਆਂ, ਪੰਜਾਬ ਦੀਆਂ ਸਟੇਜਾਂ ਤੇ ਸਕੂਲਾਂ ਦੇ ਵਿੱਚ ਆਣ ਕੇ ਇਹ ਮਿਨਿਸਟਰ ਤੁਹਾਨੂੰ ਕਹਿਣਗੇ ਵੀ ਇਹ ਧਰਤੀ ਤੁਹਾਡੀ ਮਾਂ ਹੈ, ਇਹਦੇ ਵਾਸਤੇ ਤੁਸੀਂ ਕੁਰਬਾਨ ਹੋ ਜਾਣਾ, ਇਹਦੇ ਵਾਸਤੇ ਤੁਸੀਂ ਸਿਰ ਦੇ ਦੇਣਾ, ਇਸ ਮੁਲਕ ਨਾਲ ਦਾ ਕੋਈ ਮੁਲਕ ਨਹੀਂ ਹੈ। ਤੇ ਉਹਨਾਂ ਨੂੰ ਝੰਡੇ ਦੀ ਰੱਸੀ ਖਿੱਚਣ ਤੋਂ ਪਹਿਲਾਂ ਪੁੱਛਿਓ ਜ਼ਰੂਰ ਵੀ ਕਿੱਥੇ ਹੈ ਉਹ ਭਾਰਤ ਮਾਤਾ ਜਦੋਂ ਸਾਨੂੰ ਰੋਟੀ ਨਹੀਂ ਮਿਲੀ, ਕਿੱਥੇ ਸੀ ਉਹ ਭਾਰਤ ਮਾਤਾ ਜਦੋਂ ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਗਿਆ, ਕਿੱਥੇ ਹੈ ਉਹ ਭਾਰਤ ਮਾਤਾ ਜਿੱਥੇ ਅੱਜ ਭਾਰਤ ਦੀਆਂ ਬੇਟੀਆਂ, ਭਾਰਤ ਦੀਆਂ ਬਹੂਆਂ, ਭਾਰਤ ਦੇ ਵਿੱਚ ਰਹਿਣ ਵਾਲੀਆਂ ਪੰਜਾਬ ਦੀਆਂ ਧੀਆਂ ਸੜਕ ਤੇ ਖੁੱਲ੍ਹੇਆਮ ਤੁਰਨ ਤੋਂ ਵੀ ਡਰਦੀਆਂ ਨੇ? ਫਿਰ ਉਹ ਕਿੱਥੇ ਹੈ ਭਾਰਤ ਮਾਤਾ ਤੇ ਕਿੱਥੇ ਨੇ ਉਹ ਭਾਰਤ ਮਾਤਾ ਦੇ ਸਪੂਤ ਜਿਹੜੇ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਭਾਈ ਅਸੀਂ ਆਜ਼ਾਦ ਹਾਂ, ਤੇ ਜੇ ਆਜ਼ਾਦ ਹੁੰਦੇ ਤੇ ਆਪਣੀ ਆਜ਼ਾਦੀ ਦਾ ਅਹਿਸਾਸ ਕਰਦੇ ਹੁੰਦੇ ਤੇ ਸਾਨੂੰ ਆਪਣਾ ਮੁਲਕ, ਆਪਣਾ ਵਤਨ ਛੱਡ ਕੇ ਗੋਰਿਆਂ ਦੇ ਮੁਲਕਾਂ 'ਚ ਜਾ ਕੇ ਗੁਲਾਮੀ ਨਾ ਕਰਨੀ ਪੈਂਦੀ, ਉੱਥੇ ਜਾ ਕੇ ਲੇਬਰ ਨਾ ਕਰਨੀ ਪੈਂਦੀ, ਉਹਨਾਂ ਦੇ ਥੱਲੇ ਲੱਗ ਕੇ ਅਸੀਂ ਵਿਦੇਸ਼ਾਂ ਦੇ ਵਿੱਚ ਪੱਕੇ ਹੋਣ ਵਾਸਤੇ ਤਰਲੇ ਨਾ ਕਰਦੇ? ਉਹ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਸਾਡਾ ਪੰਜਾਬ ਸੇਫ ਨਹੀਂ ਲੱਗਦਾ, ਸਾਨੂੰ ਸਾਡੇ ਪੰਜਾਬ ਦੇ ਵਿੱਚ ਦਮ ਘੁੱਟਦਾ, ਸਾਡੇ ਰਹਿਣ ਵਾਸਤੇ ਜਗ੍ਹਾ ਨਹੀਂ, ਸਾਡੇ ਨਾਲ ਦੁਵੱਲਾ ਵਰਤਾਅ ਹੁੰਦਾ। ਜਿਸ ਦਿਨ ਸਾਨੂੰ ਇਹ ਅਹਿਸਾਸ ਹੋ ਜਾਏਗਾ ਕਿ ਸਾਡਾ ਪੰਜਾਬ ਸਾਡਾ ਹੈ, ਇਹ ਧਰਤੀ ਸਾਡੀ ਹੈ, ਇਹ ਮੁਲਕ ਸਾਡਾ ਹੈ, ਇਸ ਮੁਲਕ ਦੇ ਲੋਕ ਸਾਡੇ ਨਾਲ ਦੁਵੱਲਾ ਵਰਤਾਅ ਨਹੀਂ ਕਰਦੇ, ਉਸ ਦਿਨ ਪੰਜਾਬ ਛੱਡ ਕੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਨਾ, ਪੰਜਾਬ ਚੋਂ ਬਾਹਰ ਜਾ ਕੇ ਮਜ਼ਦੂਰੀਆਂ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਨਾ। ਤੇ ਜਿਹੜੇ ਲੋਕ ਅੱਜ ਇਸ ਗੱਲ ਦੇ ਭੁਲੇਖੇ 'ਚ ਬੈਠੇ ਨੇ ਕਿ ਭਾਈ ਦਾੜੀਆਂ ਤੇ ਪੱਗਾਂ ਵਾਲੇ ਖਾਲਿਸਤਾਨ ਦੀ ਗੱਲ ਕਰਕੇ, ਆਪਣੇ ਵੱਖਰੇ ਮੁਲਕ ਦੀ ਗੱਲ ਕਰਕੇ ਸਾਰਿਆਂ ਨੂੰ ਵਕਤ ਪਾ ਰਹੇ ਨੇ, ਫਰਕ ਸਿਰਫ ਇੰਨਾ ਕੁ ਹੈ ਕਿ ਸਿੱਖਾਂ ਨੇ ਅਹਿਸਾਸ ਕਰ ਲਿਆ, ਬਹੁਤ ਪਹਿਲਾਂ ਇਸ ਗੱਲ ਨੂੰ ਸਮਝ ਲਿਆ ਤੇ ਅੱਜ ਵੀ ਆਪਣੇ ਸਿਰ ਦੇ ਕਰਕੇ, ਪਰਿਵਾਰ ਗਵਾ ਕਰਕੇ, ਸ਼ਰੇਆਮ ਤੇ ਖੁੱਲ੍ਹੇਆਮ ਇਸ ਦੋਗਲੀ ਭਾਰਤ ਮਾਤਾ ਦੇ ਸਪੂਤਾਂ ਨੂੰ ਚੈਲੰਜ ਕਰ ਰਹੇ ਹੈ। ਤੇ ਜਿਨ੍ਹਾਂ ਨੂੰ ਅਜੇ ਤੱਕ ਇਸ ਗੱਲ ਦੀ ਸਪਸ਼ਟਤਾ ਨਹੀਂ ਹੋਈ, ਜਿਹੜੇ ਇਸ ਗੱਲ ਨੂੰ ਸਮਝ ਨਹੀਂ ਸਕੇ, ਡਰਦੇ ਉਹ ਵੀ ਹੈ, ਅਹਿਸਾਸ ਉਹ ਵੀ ਕਰਦੇ ਹੈ, ਬੇਗਾਨੇ ਆਪਣੇ ਮੁਲਕ 'ਚ ਉਹ ਵੀ ਬਣੇ ਬੈਠੇ ਹੈ, ਆਪਣੇ ਮੁਲਕ ਨੂੰ ਛੱਡ ਕੇ ਬਾਹਰ ਭੱਜਣ ਨੂੰ ਤਿਆਰ ਉਹ ਵੀ ਹੈ, ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਭਾਰਤ ਦੇ ਵਸ਼ਿੰਦੇ ਨਹੀਂ ਹਾਂ ਤੇ ਸਾਡੇ ਨਾਲ ਦੁਵੱਲਾ ਵਰਤਾਅ ਹੋ ਜਾਏ। ਜਿੰਨੀ ਛੇਤੀ ਗੁਰਮੁਖੋ ਇਹ ਗੱਲ ਸਮਝ ਆ ਜਾਏਗੀ, ਉਨੀ ਛੇਤੀ ਜ਼ਾਲਮ ਤੇ ਜ਼ਬਰ ਦਾ ਜਿਹੜਾ ਅੰਤ ਹੋ ਜਾਏਗਾ। ਭਾਰਤ ਮਾਤਾ ਦੇ ਜੈਕਾਰੇ ਲਾਉਣ ਵਾਲੇ, ਤਿਰੰਗੇ ਝੰਡੇ ਨੂੰ ਫੜ ਕੇ ਆਜ਼ਾਦੀ ਦੇ ਜਸ਼ਨ ਮਨਾਉਣ ਵਾਲੇ ਤੇ ਆਪਣੀਆਂ ਨੌਜਵਾਨ ਭੈਣਾਂ ਬੇਟੀਆਂ ਧੀਆਂ ਨੂੰ ਕਾਲਜਾਂ ਤੇ ਸਕੂਲਾਂ ਦੀਆਂ ਸਟੇਜਾਂ ਤੇ ਨਚਾ ਕੇ ਭਾਰਤ ਦੀ ਆਜ਼ਾਦੀ ਦੇ ਜਸ਼ਨ ਮਨਾਉਣ ਵਾਲੇ ਮੇਰੇ ਪੰਜਾਬੀ ਭਰਾ, ਭਾਵੇਂ ਉਹ ਹਿੰਦੂ ਨੇ, ਭਾਵੇਂ ਉਹ ਮੁਸਲਮਾਨ ਨੇ ਤੇ ਭਾਵੇਂ ਉਹ ਸਿੱਖ ਨੇ, ਇਸ ਗੱਲ ਨੂੰ ਵਿਚਾਰਿਓ ਜ਼ਰੂਰ ਕਿ 15 ਅਗਸਤ ਤੁਹਾਡੇ ਵਾਸਤੇ ਆਜ਼ਾਦੀ ਲੈ ਕੇ ਆਈ, ਕੀ ਤੁਸੀਂ ਅੱਜ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹੋ? ਤੇ ਜੇਕਰ ਤੁਸੀਂ ਭਾਈ ਆਜ਼ਾਦ ਮਹਿਸੂਸ ਕਰਦੇ ਹੋ ਤੇ ਫਿਰ ਇਹਦੇ ਦੋ ਹੀ ਕਾਰਨ ਹੋ ਸਕਦੇ ਨੇ ਕਿ ਜਾਂ ਤੇ ਅਸੀਂ ਆਪਣੇ ਜ਼ਮੀਰ ਨੂੰ ਮਾਰ ਕੇ ਇਹਨਾਂ ਦੀ ਗੁਲਾਮੀ ਨੂੰ ਕਬੂਲ ਕਰ ਲਿਆ ਹੈ, ਤੇ ਜਾਂ ਫਿਰ ਅਸੀਂ ਇੰਨੇ ਕੁ ਬੁਜ਼ਦਿਲ ਹੋ ਚੁੱਕੇ ਹਾਂ ਕਿ ਗੁਲਾਮੀ ਦਾ ਅਹਿਸਾਸ ਤੇ ਹੁੰਦਾ, ਗੁਲਾਮੀ ਦਾ ਪਤਾ ਤੇ ਹੈ, ਪਰ ਅੰਦਰੋਂ ਏਡੀ ਤਾਕਤ ਨਹੀਂ ਕਿ ਮੂੰਹ ਖੋਲ੍ਹ ਕੇ ਬੋਲ ਸਕੀਏ ਜਾਂ ਜ਼ੁਲਮ ਦਾ ਟਾਕਰਾ ਕਰ ਸਕੀਏ, ਇਸ ਕਰਕੇ ਲਾਚਾਰ ਬਣ ਕੇ ਇਹਨਾਂ ਦੀਆਂ ਡਾਂਗਾਂ ਖਾਣ ਲਈ ਅਸੀਂ ਮਜਬੂਰ ਹਾਂ। ਇਹਨਾਂ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਸਤਿਗੁਰੂ ਕਿਰਪਾ ਕਰੇ, ਹੱਕ ਤੇ ਸੱਚ ਲਈ ਆਵਾਜ਼ ਬੁਲੰਦ ਕਰੀਏ। ਰਹਿਣਾ ਤੁਸੀਂ ਵੀ ਨਹੀਂ, ਰਹਿਣਾ ਮੈਂ ਵੀ ਨਹੀਂ, ਤੇ ਰਹਿਣਾ ਇਹਨਾਂ ਨੇ ਵੀ ਨਹੀਂ। ਜਿਹੜਾ ਜਿਹੜਾ ਵੀ ਸੰਸਾਰ ਤੇ ਆਇਆ, ਆਪੋ ਆਪਣਾ ਸਮਾਂ ਭੋਗ ਕੇ ਭਾਈ ਸਭ ਨੇ ਚਲੇ ਜਾਣਾ, ਤੇ ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਕੀ ਅਸੀਂ ਦਲੇਰਾਂ ਦੀ ਕੌਮ ਬਣ ਕੇ
ਗਲਤ ਨੂੰ ਗਲਤ ਕਹਿ ਕੇ ਸੱਚ ਦੇ ਪੰਧੀ ਬਣ ਕੇ ਇਸ ਸੰਸਾਰ ਤੋਂ ਜਾਣਾ ਹੈ, ਜਾਂ ਝੂਠਿਆਂ ਦਾ ਸਾਥ ਦੇ ਕੇ, ਦੋਗਲਿਆਂ ਦਾ ਸਾਥ ਦੇ ਕੇ, ਕਾਇਰ ਤੇ ਮਕਾਰ ਬਣ ਕੇ ਕੇਵਲ ਇਸ ਸੰਸਾਰ ਤੇ ਜੂਨ ਕੱਟਣ ਆਏ ਹਾਂ, ਦਿਨ ਕੱਟਣ ਆਏ ਹਾਂ। ਸਤਿਗੁਰੂ ਮਹਾਰਾਜ ਭਲੀ ਕਰੇ, ਸਾਨੂੰ ਸਮਰੱਥ ਬਖਸ਼ੇ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਸਾਡੇ ਅੰਦਰ ਬੁਲੰਦ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।